ਕਈ ਵਾਰੀ ਪਤਾ ਕੀ ਹੁੰਦਾ ਤੁਸੀਂ ਆਪਣੇ ਜੀਵਨ ਦੇ ਵਿੱਚ ਸ਼ਾਇਦ ਤੁਹਾਡੇ ਜੋ ਕਿਸੇ ਨੇ ਇਹ ਅਨੁਭਵ ਕੀਤਾ ਹੋਵੇ ਜਾਂ ਤੁਹਾਡੇ ਕਿਸੇ ਦੋਸਤ ਨੇ ਰਿਸ਼ਤੇਦਾਰ ਨੇ ਸਾਥ ਸੰਬੰਧੀ ਨੇ ਜਿੰਨਾ ਬੰਦਾ ਗੁਰੂ ਤੋਂ ਜ਼ਿਆਦਾ ਬੇਮੁਖ ਹੁੰਦਾ ਹੈ ਜਿੰਨਾ ਗੁਰੂ ਤੋਂ ਟੁੱਟਿਆ ਹੁੰਦਾ ਹੈ ਜਿੰਨਾ ਸਤਿਗੁਰਾਂ ਤੋਂ ਟੁੱਟਿਆ ਹੁੰਦਾ ਹੈ ਜਦੋਂ ਜੁੜਦਾ ਤੇ ਪੱਕਾ ਹੀ ਜੁੜ ਜਾਂਦਾ ਪੂਰੀ ਲਗਨ ਲੱਗ ਜਾਂਦੀ ਉਹ ਤੋਂ ਜਦੋਂ ਪਾਪ ਸਤਿਗੁਰੂ ਪਾਪ ਧੁੰਦੇ ਨੇ ਨਾ ਤੇ ਪੂਰਾ ਹੀ ਸਫਾਇਆ ਕਰ ਦਿੰਦੇ ਨੇ ਸਿਰਫ ਇੱਕ ਸ਼ਰਤ ਤੇ ਵੀ ਕੰਪਲੀਟ ਸਰੈਂਡਰ ਸਤਗੁਰਾਂ ਅੱਗੇ ਆਤਮ ਸਮਰਪਣ ਆਪਣੇ ਤਨ ਦਾ ਤੇ ਆਪਣੇ ਮਨ ਦਾ ਸਤਗੁਰਾਂ ਅਗੇ ਕਰਨਾ ਹੁੰਦਾ ਇਤਿਹਾਸ ਦੇ ਵਿੱਚ ਬੜੀ ਸੋਹਣੀ ਘਟਨਾਵਾਂ ਦੀ ਮੈਂ ਪਹਿਲਾਂ ਵੀ ਕਈ ਵਾਰੀ ਗੱਲ ਕਰਦਾ ਹੁੰਨਾ ਕਿ ਮਜ਼ਬ ਸਾਰੇ ਚੰਗੇ ਨੇ Hindu ਏ Islam ਏ Sikh ਆ ਪਾ ਕੋਈ ਇਸਾਈ ਏ ਕੋਈ ਜੈਨੀ ਏ ਕੋਈ ਬੋਧੀ ਏ ਸਾਰੇ ਧਰਮ ਸਤਕਾਰਯੋਗ ਨੇ ਕਈ ਮੈਨੂੰ ਕਹਿੰਦੇ ਹੁੰਦੇ ਨੇ ਕਹਿੰਦੇ ਤੁਸੀਂ ਹੋਰ ਜਿਹੜੇ ਧਰਮ ਨੇ ਉਹਨਾਂ ਦੀ ਐਗਜ਼ਾਮਪਲ ਨਾ ਦਿਆ ਕਰੋ ਮੈਂ ਕਿਹਾ ਨਹੀਂ ਧਰਮ ਸਾਰੀ ਸਤਕਾਰਯੋਗ ਨੇ ਹੁਣ ਕਈ ਧਰਮ ਜਿਹੜੇ ਨੇ ਵੱਡੇ ਵੱਡੇ ਕਈ ਕਥਾਵਾਚਕ ਨੇ ਹੋਰ ਧਰਮਾਂ ਦੇ ਉਹ ਸਿੱਖਾਂ ਦੀ ਐਗਜ਼ਾਮਪਲ ਦਿੰਦੇ ਨੇ ਐਗਜ਼ਾਮਪਲ ਦਿੰਦੇ ਨੇ ਚਮਕੌਰ ਸਾਹਿਬ ਦੀ ਦਸਵੇਂ ਪਾਤਸ਼ਾਹ ਦੀ ਸਰਦਾਰ ਖਰਦ ਸਿੰਘ ਜੀ ਨਲਵਾ ਦੀ ਮਹਾਰਾਜਾ ਰਣਜੀਤ ਸਿੰਘ ਦੀ ਤੇ ਕਹਿੰਦੇ ਨੇ ਇਤਿਹਾਸ ਦੇ ਵਿੱਚ ਨਾ ਈਸਾ ਮਸੀਹ ਜਿਹੜੇ ਇਸਾਈਆਂ ਦੇ ਪੈਗੰਬਰ ਹੋਏ ਨੇ ਈਸਾ ਮਸੀਹ ਜੀਜ਼ਸ ਕ੍ਰਾਈਸਟ ਕਹਿੰਦੇ ਨੇ ਇੰਗਲਿਸ਼ 'ਚ ਜਿਨ੍ਹਾਂ ਨੂੰ ਜੀਜ਼ਸ ਕ੍ਰਾਈਸਟ ਈਸਾ ਮਸੀਹ ਕਹਿੰਦੇ ਕਿਸੇ ਦੇ ਘਰ ਗਏ ਕੋਈ ਸਦਾਗਰ ਸੀ ਵੱਡਾ ਕਾਰੋਬਾਰੀ ਉਹਨੇ ਘਰ ਸੱਦਿਆ ਕਹਿੰਦੇ ਮੇਰੇ ਘਰ ਖਾਣਾ ਖਾਣ ਆਇਓ ਪ੍ਰਸ਼ਾਦਾ ਛਕਣ ਆਇਓ ਰੋਟੀ ਖਾਣ ਆਇਓ ਮੇਰੇ ਘਰ ਬੜਾ ਆਗਮਨ ਕੀਤਾ ਬੜਾ ਸਤਿਕਾਰ ਕੀਤਾ ਬੜੇ ਪ੍ਰੇਮ ਦੀ ਭਾਵਨਾ ਦੇ ਨਾਲ ਕਹਿੰਦੇ ਨੇ ਰੋਟੀ ਖਵਾਈ ਸਮਸੀ ਜੀ ਨੂੰ ਕਹਿੰਦੇ ਨੇ ਉੱਥੇ ਇੱਕ ਵੇਸ਼ਵਾ ਆ ਗਈ ਉਹ ਵੇਸ਼ਵਾ ਰੋਂਦੀ ਰੋਂਦੀ ਆਈ ਤੇ ਆਉਂਦਿਆ ਸਾਰ ਈਸਾ ਮਸੀਹ ਦੇ ਕਹਿੰਦੇ ਨੇ ਉਸ ਵੇਸ਼ਵਾ ਨੇ ਈਸਾ ਮਸੀਹ ਜੀ ਦੇ ਪੈਰ ਫੜ ਲਏ ਉਸ ਸੌਦਾਗਰ ਸੀ ਜਿਹੜਾ ਘਰ ਦਾ ਮਾਲਕ ਸੀ ਜਿੰਨੇ ਉਹਨੇ ਵੇਖਿਆ ਕਹਿੰਦੇ ਏਡੇ ਵੱਡੇ ਪੈਗੰਬਰ ਨੇ ਮੇਰੇ ਘਰ ਆਏ ਨੇ ਤੇ ਇਹ ਵੇਸ਼ਵਾ ਜਿਹਦੇ ਕਰਮ ਬੜੇ ਮਾੜੇ ਨੇ ਜਿਹਦੇ ਕਰਮ ਬੜੇ ਮੰਦੇ ਨੇ ਇਹ ਮੇਰੇ ਘਰ ਵਿੱਚ ਦਾਖਲ ਹੋ ਕੇ ਮੇਰੇ ਘਰ ਦੇ ਵਿੱਚ ਵੜ ਕੇ ਇਹਨਾਂ ਦੇ ਕੋਲ ਆ ਵੜੀ ਐ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਉਹ ਉੱਠਿਆ ਤੇ ਈਸਾ ਮਸੀਹ ਨੇ ਕਹਿੰਦੇ ਨੇ ਹੱਥ ਕਰਤਾ ਕਹਿੰਦੇ ਬੈਠਾ ਰਹਿ ਜਿੱਥੇ ਬੈਠਾ ਕਹਿੰਦਾ ਬੈਠਾ ਰਹਿ ਮੈਨੂੰ ਪਤਾ ਤਉ ਕੀ ਕਹਿਣਾ ਚਾਹੁੰਦਾ ਉਹ ਕਹਿੰਦੇ ਉਸ ਵੇਸ਼ਵਾ ਨੇ ਆਪਣੇ ਹੰਝੂਆਂ ਦੇ ਨਾਲ ਕਿਉਂਕਿ ਬਹੁਤ ਰੋਂਦੀ ਪਈ ਸੀ ਆਪਣੇ ਹੰਝੂਆਂ ਦੇ ਨਾਲ ਆਪਣੇ ਅਥਰੂਆਂ ਦੇ ਨਾਲ ਉਹਨਾਂ ਦੇ ਚਰਨ ਸਾਫ਼ ਕੀਤੇ ਚਰਨ ਧੋਤੇ ਤੇ ਆਪਣੇ ਵਾਲਾਂ ਦੇ ਨਾਲ ਉਹਨਾਂ ਦੇ ਚਰਨ ਪੁੰਜੇ ਪੈਰ ਪੁੰਜੇ ਉਹਨਾਂ ਦੇ ਤੇ ਉਹ ਚਲੀ ਗਈ ਫਿਰ ਉਹਨਾਂ ਨੇ ਪੁੱਛਿਆ ਜਿਹੜੇ ਘਰ ਦੇ ਜੀ ਸੰਨ ਕਰਦੇ ਮੈਂਬਰ ਸੌਦਾਗਰ ਸੀ ਜਿਹੜਾ ਉਹਨੇ ਪੁੱਛਿਆ ਕਹਿੰਦੇ ਜੀ ਆਹ ਕੀ ਤੇ ਇਸੰਬਸੀ ਕਹਿੰਦੇ ਇੱਕ ਸੇਠ ਕੋਲੋਂ ਦੋ ਜਣਿਆਂ ਨੇ ਕਰਜ਼ਾ ਲਿਆ ਕਰਜ਼ਾ ਚੁਕਿਆ ਕਰਜ਼ਈ ਹੋ ਗਏ ਇੱਕ ਸੇਠ ਦੇ ਦੋ ਜਣੇ ਇੱਕ ਨੇ ਚੁਕਿਆ 50 ਰੁਪਏ ਦਾ ਤੇ ਇੱਕ ਨੇ ਚੁਕਿਆ 500 ਦਾ ਤੇ ਕਹਿੰਦੇ ਸੇਠ ਇੱਕ ਦਿਨ ਆ ਗਿਆ ਮੌਜ ਚ ਸੇਠ ਮੌਜ ਚ ਆ ਗਿਆ ਤੇ ਕਰਜ਼ਾ ਦੋਵਾਂ ਦਾ ਮਾਫ ਕਰਤਾ 50 ਵਾਲੇ ਦਾ ਵੀ ਕਰਤਾ 500 ਵਾਲੇ ਦਾ ਵੀ ਕਰਤਾ ਤੇ ਕਹਿੰਦੇ ਮੈਨੂੰ ਇਹ ਦੱਸ ਜਿਆਦਾ ਚਾਹ ਕਿਨੂੰ ਚੜੇਗਾ ਹੁਣ ਮੰਨ ਲਓ ਵੀ ਸਰਕਾਰਾਂ ਕਹਿ ਦੇਣ ਵੀ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ ਕਰ ਦੇਾਂਗੇ ਹੁਣ ਜਿਆਦਾ ਚਾਹ ਕਿਨੂੰ ਚੜੇਗਾ ਜਿਨੇ ਲੱਖ ਚੁੱਕਿਆ ਕਿ ਜਿਨੇ 10 ਲੱਖ ਚੁੱਕਿਆ ਜਿਆਦਾ ਸਿਰੋਂ ਭਾਰ ਕੇ ਦੇ ਲੱਥੇਗਾ 10 ਲੱਖ ਵਾਲੇ ਦਾ ਲੱਥੇਗਾ ਨਾ ਜੀ ਹਾਂ ਬੋਲੋ ਹਾਂਜੀ ਜਿਆਦਾ ਭਾਰ ਉਹਦੇ ਸਿਰੋਂ ਲੱਥੇਗਾ ਜਿਨੇ ਜਿਆਦਾ ਕਰਜ਼ਾ ਚੁੱਕਿਆ ਕਹਿੰਦੇ ਇਸੇ ਤਰ੍ਹਾਂ ਜਿਆਦਾ ਮਨ ਉਹਦਾ ਜੁੜੇਗਾ ਜਿਹੜਾ ਬਹੁਤਾ ਟੁੱਟਿਆ ਸੀ ਜਿਨੇ ਬਹੁਤੇ ਮਾੜੇ ਕਰਮ ਕੀਤੇ ਜਿਹੜਾ ਬਹੁਤਾ ਬੇਮੁਖ ਸੀ ਜਿਹੜਾ ਬਿਲਕੁਲ ਵੀ ਨਹੀਂ ਸੀ ਜੁੜਿਆ ਜਿਆਦਾ ਮਨ ਉਹਦਾ ਜੁੜੇਗਾ ਤੇ ਇੱਕ ਵਾਰੀ ਕਹਿੰਦੇ ਜਦੋਂ ਮਨ ਦੀ ਮਹਿਲ ਬਾਹਰ ਨਿਕਲ ਗਈ ਉਦੋਂ ਪੱਕਾ ਜੁੜ ਜਾਏਗਾ ਇਸੇ ਕਰਕੇ ਮੈਂ ਕਹਿਣਾ ਹੁੰਨਾ ਸਾਨੂੰ ਆਪਣਾ ਮਨ ਸਤਿਗੁਰਾਂ ਨਾਲ ਜੋੜ ਲੈਣਾ ਚਾਹੀਦਾ ਸਾਨੂੰ ਆਪਣਾ ਮਨ ਸਤਿਗੁਰਾਂ ਨਾਲ ਜੋੜ ਲੈਣਾ ਚਾਹੀਦਾ ਜਿਹੜਾ ਅੱਜਕੱਲ ਕਹਿੰਦੇ ਨੇ ਨਾ ਪਾਠ ਕਰਨ ਦਾ ਕੀ ਫਾਇਦਾ ਨਾਮ ਜਪਣ ਦਾ ਕੀ ਫਾਇਦਾ ਕਈ ਵਾਰੀ ਪਤਾ ਨਹੀਂ ਲੱਗਦਾ ਜ਼ਿੰਦਗੀ ਦੇ ਵਿੱਚ ਤੁਸੀਂ ਵੀ ਕਦੀ ਸੁਣਿਆ ਹੋਣਾ ਸੁਣਿਆ ਹੈਗਾ ਜੀ ਤੁਸੀਂ ਵੀ ਫਲਾਣਾ ਬੰਦਾ ਮਰਦਾ ਮਰਦਾ ਬਚ ਗਿਆ ਫਲਾਣਾ ਬੰਦਾ ਜੀ ਸਾਡੀ ਰਿਸ਼ਤੇਦਾਰੀ ਚ ਸਾਡੇ ਗਵਾਂਢ ਚ ਸਾਡੇ ਚਾਚਿਆਂ ਤਾਇਿਆਂ ਚ ਬੜਾ ਪਾਠ ਕਰਦਾ ਸੀ ਬੜਾ ਨਾਮ ਜਪਦਾ ਸੀ ਐਕਸੀਡੈਂਟ ਹੋਇਆ ਮਰਦਾ ਮਰਦਾ ਬਚ ਗਿਆ ਹਸਪੀਟਲ ਚ ਦਾਖਲ ਸੀ ਡਾਕਟਰ ਕਹਿੰਦੇ ਬਚਦਾ ਨਹੀਂ ਬਚ ਗਿਆ ਕਿੰਨੇ ਕਰਮ ਚੰਗੇ ਸੀ ਉਹ ਬਚਾਇਆ ਕਿੰਨੇ ਪਾਠ ਨੇ ਬਚਾਇਆ ਜਿਹੜਾ ساری ਉਮਰ ਪੜਦੇ ਰਹੇ ਜੇ ਸਤਿਗੁਰੂ ਦੇ ਲੜ ਲੱਗੇ ਰਹੇ ਉਸ ਸਤਿਗੁਰੂ ਨੇ ਬਚਾਇਆ ਨਾ ਤੇ ਜਿਹੜੇ ਕਹਿੰਦੇ ਨੇ ਪਾਠ ਕਰਨ ਦਾ ਕੀ ਫਾਇਦਾ ਨਾਮ ਜਪਣ ਦਾ ਕੀ ਫਾਇਦਾ ਮਾਫ ਕਰਿਓ ਜਦੋਂ ਜ਼ਿੰਦਗੀ ਦੇ ਵਿੱਚ ਇਹੋ ਜੀ ਕੋਈ ਪਰਮਾਤਮਕ ਘੜੀ ਨਾ ਕਿਸੇ ਦੇ ਲੈ ਕੇ ਆਵੇ ਲੇਕਿਨ ਜ਼ਿੰਦਗੀ ਦੇ ਵਿੱਚ ਜਦੋਂ ਕਿਸੇ ਦੇ ਭਾਗਾਂ ਦੇ ਵਿੱਚ ਕਿਸੇ ਦੇ ਜੀਵਨ ਦੇ ਵਿੱਚ ਇਹੋ ਜੀ ਕੋਈ ਸਮਾਵੇ ਨਾ ਜਦੋਂ ਡਾਕਟਰ ਜਵਾਬ ਦੇ ਜਾਣ ਤੇ ਉਦੋਂ ਮਨ ਸਤਗੁਰਾਂ ਨਾਲ ਆਪੇ ਜੁੜ ਜਾਂਦਾ ਅੱਜ ਕਿਸੇ ਨੂੰ ਡਾਕਟਰ ਕਹਦੇ ਹਾਂਜੀ ਕੈਂਸਰ ਹੋ ਗਿਆ ਪੂਰਾ ਬੇਮੁਖ ਬੰਦਾ ਸੀ ਬਿਲਕੁਲ ਵੀ ਸੀ ਗੁਰੂ ਘਰ ਜਾਂਦਾ ਪਾਠ ਨਹੀਂ ਸੀ ਕਰਦਾ ਨਾਮ ਨਹੀਂ ਸੀ ਜਪਦਾ ਅੱਜ ਡਾਕਟਰ ਕਹਿੰਦੇ ਕੋਈ ਭੈੜੀ ਬਿਮਾਰੀ ਹੋ ਗਈ ਹੈ ਜੀ ਹੁਣ ਤਾਂ ਰੱਬ ਹੀ ਮਾਲਕ ਹੈ ਰੱਬ ਹੀ ਬਚਾ ਸਕਦਾ ਹੁਣ ਤੇ ਕਹਿੰਦੇ ਅਰਦਾਸ ਕਰੋ ਡਾਕਟਰ ਕਹਿੰਦੇ ਹੁੰਦੇ ਨੇ ਨਾ ਅਰਦਾਸ ਕਰੋ ਜੀ ਬਚ ਜਾਂਦੇ ਬਚਣਾ ਨਹੀਂ ਤੇ ਨਾ ਸਹੀ ਤੇ ਫਿਰ ਮਨ ਜੁੜ ਜਾਂਦਾ ਡਰਦਾ ਮਨ ਡਰ ਕੇ ਜੁੜ ਜਾਂਦਾ ਹੈ ਇਸੇ ਕਰਕੇ ਡਰਨ ਤੋਂ ਪਹਿਲਾਂ ਜੁੜ ਜਾਈਏ ਅਸੀਂ ਪਹਿਲਾਂ ਜੁੜ ਜਾਈਏ ਤਾਂ ਜੋ ਮੌਕੇ ਤੇ ਸਾਨੂੰ ਡਰਨਾ ਨਾ ਪਵੇ ਮੌਕੇ ਤੇ ਸਾਨੂੰ ਮੌਕੇ ਦੇ ਹੱਥ ਨੱਡਨੇ ਪਹਿਲੇ ਸੱਟੇ ਪਹਿਲੀ ਵਾਰ ਚ ਝੋਲੀ ਸਤਿਗੁਰਾਂ ਅਗੇ ਅੱਡ ਦੇਣੀ ਚਾਹੀਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਗੇ ਸਤਿਗੁਰ ਨਾਨਕ ਜੀ ਅੱਗੇ ਝੋਲੀ ਪਹਿਲੇ ਵਾਰ ਚ ਅੱਡ ਦੇਣੀ ਚਾਹੀਦੀ ਹੈ ਉਹ ਝੋਲੀ ਭਰੀ ਜਾਏਗੀ ਜਦੋਂ ਔਖੀ ਕੜੀ ਆਈ ਉਹ ਜਿਹੜਾ ਝੋਲੀ ਚ ਭੜਿਆ ਭਰਿਆ ਹੋਏਗਾ ਉਹ ਨਾਮ ਸਤਿਗੁਰੂ ਦਾ ਉਹ ਕੰਮ ਆ ਜਾਏਗਾ ਲੇਖੇ ਲੱਗ ਜਾਏਗਾ